वो भी चल लो। हो गई। हेलो यूट्यूब पीपल, की हाल है सारे दे। मैं वर्ण तो थोड़ा स्वागत करता अपने यूट्यूब चैनल पे। ते उतरी ओदे मोड़ तो ओवरटेक लग गया कर पागल। जा मार 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 कुत्ते नहीं मोड़ हूँ। टंडल टंडल क्लियर है। हेलमेट ले लिया करो ऊपर आ। कुछ है तुम्हारी मिलिया क्या कौन तेरे ऊपर नगर 85 चब्बे वाले पे हुए रूप नगर तो है ये 85 नगर 85 किलोमीटर जेड़ा है चेनू अपा कहने हैं रूपड़ ये दूजे नाल ही रूप नगर भाई चक्का जाम गड्डी साइड ताजा ताजा होया ला हुआ एक्सीडेंट। बचा हो गया ਅਮੋ ਸਾਹਮਣੇ ਵੱਜੀ ਅਮੋ ਸਾਹਮਣੇ ਰੋਂਗ ਸਾਈਡ ਤੇ ਇੱਕ ਹੋਰ ਤੇ ਆਮੇ ਸਾਹਮਣੇ ਵੱਜੀ ਰੋਂਗ ਸਾਈਡ ਤੇ ਕਿਹੜੀ ਸੀ ਉਹ ਵਾਲੀ ਆ ਜਾਓ
ਤਾਜ਼ਾ ਐਕਸੀਡੈਂਟ ਹੋਇਆ ਜੀ। ਦੋ ਲੇਡੀਜ਼ ਆ, ਆਮੋ ਸਾਹਮਣੇ ਗੱਡੀਆਂ ਵੱਜੀਆਂ ਜੀ, ਜਿਹੜੀ ਅੱਜ ਤੋਂ ਸੀ ਉਹ ਓਵਰਟੇਕ ਕਰਦੀ ਪਈ ਸੀ ਰੋਂਗ ਸਾਈਡ ਤੋਂ। ਇਹ ਵੱਜਿਆ PV07AL00012। ਹਾਂਜੀ ਬਚਾਅ ਹੋ ਗਿਆ ਜੀ, ਮਾੜੀਆਂ ਮੋਟੀਆਂ ਸੱਟਾਂ ਲੱਗੀਆਂ ਜੀ। ਹਾਂਜੀ ਬਚ ਗਿਆ। ਸਾਹਮਣੇ ਵੱਜੀਆਂ ਗੱਡੀਆਂ, ਗੱਡੀ ਜ਼ੋਰ ਨਾਲ ਵੱਜੀਆਂ ਲੱਗ ਗਿਆ, ਇੰਜਣ ਤਾਂ ਵਿੱਚ ਨਹੀਂ ਵੜ ਗਿਆ ਇਹਨਾਂ ਨੇ। ਜ਼ਬਰਦਸਤ ਸੀ, ਜ਼ਬਰਦਸਤ, ਇੰਨਾ ਸ਼ੁਕਰ ਕਿ ਬਚਾਅ ਹੋ ਗਿਆ। 7 ਫੀਟ ਜ਼ਿਆਦਾ ਨਹੀਂ ਲੱਗੀ। ਡਰਾਈਵਰ ਨਹੀਂ ਮੈਨੂੰ ਦਿੱਤਾ, ਡਰਾਈਵਰ ਪਤਾ ਨਹੀਂ ਕਿੱਥੇ ਆ, ਮੇਰੇ ਖਿਆਲ ਪਹਿਲਾਂ ਲੈ ਗਈ ਹੋਊਗੀ ਐਂਬੂਲੈਂਸ ਉਹਨਾਂ ਨੂੰ ਸ਼ਾਇਦ। ਐਂ ਕਹਿੰਦਾ ਜੀ ਰੋਡ 'ਤੇ ਜਰਕ ਸੰਭਾਲ ਕੇ ਚੱਲੋ, ਬਹੁਤੀ ਕਾਹਲੀ ਨਾ ਕਰੋ। ਅਤੇ ਹੁਣ ਕਾਹਲੀ ਨੇ ਲੈ ਲਿਆ ਇਹਨਾਂ ਦੋਨਾਂ ਨੂੰ, ਠੀਕ ਹੈ ਜੀ। ਉਹ ਅਲਟੋ ਵਾਲਾ ਓਵਰਟੇਕ ਕਰ ਰਿਹਾ ਸੀ, ਇੰਡੀਕਾ ਵਾਲੇ ਨੇ ਬਥੇਰੀ ਲਾਈਟ ਮਾਰੀ ਪਰ ਉਹ ਸਾਈਡ ਨਹੀਂ ਹੋਇਆ, ਡਰੈਕਟਰ ਵਿੱਚ ਵੱਜੀ ਜਾ ਕੇ ਦੋਵੇਂ ਜਾਣੇ ਆਮੋ ਸਾਹਮਣੇ। ਇੰਨਾ ਸ਼ੁਕਰ ਕਿ ਬਹੁਤੀ ਸੱਟ ਨਹੀਂ ਲੱਗੀ, ਬਚਾਅ ਹੋ ਗਿਆ। ਬਚਾਅ ਹੋ ਗਿਆ ਜੀ, ਬਹੁਤੀ ਸੱਟ ਨਹੀਂ ਲੱਗੀ, ਇੰਨਾ ਸ਼ੁਕਰ। ਇਸ ਕਰਕੇ ਕਹਿੰਦੇ ਜੀ ਹੌਲੀ ਚੱਲੋ, ਹੌਲੀ 'ਚ ਭਲਾਈ ਆ ਅਤੇ ਸੇਫ ਚੱਲੋ, ਹੈਲਮਟ ਪਾ ਕੇ ਚਲਾਓ, ਸੀਟ ਬੈਲਟ ਲਾ ਕੇ ਚਲਾਓ। ਆਲਟੋ ਵਾਲਾ ਰੋਂਗ ਸਾਈਡ 'ਤੇ ਸੀ ਜੀ, ਅਤੇ ਇੰਡੀਕਾ ਵਾਲਾ ਆਪਣੀ ਸਾਈਡ 'ਤੇ ਹੀ ਸੀ। ਜਿਹਦੇ ਕੋਲ ਉਹ ਵੀ ਤੇਜ਼ ਹੀ ਹੋਣਾ, ਇੱਥੇ ਤੱਕ ਮੈਨੂੰ ਲੱਗਦਾ ਤਕਰੀਬਨ 80 ਸਪੀਡ 'ਤੇ ਹੋਣਾ, 70-80 ਜ਼ਿਆਦਾ ਵੀ ਹੋ ਸਕਦੇ ਆ।